ਭਾਈ ਬਲਬੀਰ ਸਿੰਘ ਮੋਛਲ ਅਤੇ ਭਾਈ ਰਣਜੀਤ ਸਿੰਘ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵੱਲੋਂ ਡੀਸੀ ਅੰਮ੍ਰਿਤਸਰ ਦੇ ਨਾਂ ਤੇ ਬਾਬਾ ਬਕਾਲਾ ਵਿਖੇ SDM ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ, ਜਿਸ ਵਿੱਚ ਕਿ ਪਿੰਡ ਉਦੋਨੰਗਲ ਵਿਖੇ ਟੂਰਨਾਮੈਂਟ ਦੇ ਦੌਰਾਨ ਹੋ ਰਹੇ ਸਿੱਧੂ ਮੂਸੇਵਾਲ ਦੇ ਅਖਾੜੇ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ। ਮੰਗ ਪੱਤਰ ਵਿੱਚ ਲਿਖਿਆ ਗਿਆ ਸੀ ਕਿ ਬੇਨਤੀ ਹੈ ਕਿ ਪਿੰਡ ਉਦੋਨੰਗਲ ਵਿਖੇ ਜੋ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਉਸ ਵਿੱਚ ਮੂਸੇਵਾਲ ਦਾ ਅਖਾੜਾ ਲਗਾਇਆ ਜਾ ਰਿਹਾ ਹੈ। ਜੋ ਇਹ ਮੂਸੇਵਾਲਾ ਗਾਇਕ ਹੈ ਇਹ ਨੌਜਵਾਨ ਬੱਚਿਆਂ ਦਾ ਭਵਿੱਖ ਖਰਾਬ ਕਰ ਰਿਹਾ ਹੈ। ਇਸ ਦਾ ਅਖਾੜਾ ਪਿੰਡ ਉਦੋਨੰਗਲ ਥਾਣਾ ਮੈਤਾ ਵਿਖੇ 23-2-2020 ਨੂੰ ਕਰਵਾਇਆ ਜਾ ਰਿਹਾ ਹੈ। ਜੋ ਉਸਨੇ ਪਿਛਲੇ ਦਿਨੀ ਮਾਤਾ ਭਾਗ ਕੌਰ ਲਈ ਅਪਸ਼ਬਦ ਵਰਤੇ ਸਨ। ਸਿੱਖ ਸੰਗਤ ਨੂੰ ਇਸ ਉੱਪਰ ਇਤਰਾਜ਼ ਹੈ, ਇਸ ਨੂੰ ਅਖਾੜਾ ਲਗਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਕਿਉਂਕਿ ਉੱਥੇ ਜਥੇਬੰਦੀਆਂ ਵੱਲੋਂ ਰੋਕਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇਕਰ ਉੱਥੇ ਕੋਈ ਵੀ ਤਕਰਾਰ ਹੁੰਦਾ ਹੈ ਤਾਂ ਉਸਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਿਤਾ ਪਿੰਡ ਦੇ ਨਜ਼ਦੀਕ ਪਿੰਡ ਉਦੋਨੰਗਲ ਵਿਖੇ 23 ਨੂੰ ਜੋ ਸਿੱਧੂ ਮੂਸੇਵਾਲਾ ਗਾਇਕ ਕੰਜਰ ਉਹਨੂੰ ਪਿੰਡ ਦੇ ਲੋਕ ਸੱਦ ਰਹੇ ਨੇ। ਇੱਕ ਬੰਨੇ ਟੂਰਨਾਮੈਂਟ ਕਰਾਈ ਜਾ ਰਹੀ ਆ, ਦੂਸਰੇ ਬੰਨੇ ਉਹਨੂੰ ਗਾਇਕ ਨੂੰ ਸੱਦ ਕੇ ਗੰਦੇ ਗਾਇਕ ਗਾਣੇ ਗਾ ਕੇ ਲੋਕਾਂ ਦਾ ਭਵਿੱਖ ਖਰਾਬ ਕਰਨ ਵਾਸਤੇ ਨੌਜਵਾਨ ਪੀੜ੍ਹੀ ਨੂੰ ਜੋ ਗੁੰਮਰਾਹ ਕੀਤਾ ਜਾ ਰਿਹਾ ਹੈ ਉਹ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ। ਕਿਉਂਕਿ ਲਾਗੇ ਹੀ ਬਿਲਕੁਲ ਮਹਿਤਾ ਸਾਹਿਬ ਦਮਦਮੀ ਟਕਸਾਲ ਦਾ ਹੈਡਕੁਆਟਰ ਹੈ। ਮੈਂ ਉਹਨਾਂ ਸਿੰਘਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਤੁਸੀਂ ਵੀ ਇਸ ਆਵਾਜ਼ ਨੂੰ ਬੁਲੰਦ ਕਰੋ ਅਤੇ ਸੰਯੋਗ ਦਿਓ। ਆਪਾਂ ਮੂਸੇਵਾਲਾ 23 ਨੂੰ ਪਿੰਡ ਉਦੋਨੰਗਲ ਵਿੱਚ ਨਹੀਂ ਲੱਗਣ ਦਿੱਤਾ ਜਾਵੇਗਾ, ਕਿਉਂਕਿ ਅਸੀਂ SDM ਸਾਹਿਬ ਨੂੰ ਮੰਗ ਪੱਤਰ ਦੇ ਦਿੱਤਾ ਗਿਆ ਹੈ। ਪ੍ਰਸ਼ਾਸਨ ਵੀ ਜ਼ਿੰਮੇਵਾਰ ਵਾ, ਜੇਕਰ ਕੋਈ ਵੀ ਉੱਥੇ ਘਟਨਾਵਾਂ ਵਾਪਰਦੀ ਆ ਅਸੀਂ ਰੋਕਾਂਗੇ। ਮੂਸੇਵਾਲੇ ਨੂੰ ਦੱਸ ਦਿੰਦੇ ਹਾਂ ਕਿ ਤੂੰ ਇਸ ਧਰਤੀ ਵੱਲ ਨੂੰ ਵਧਣ ਦੀ ਕੋਸ਼ਿਸ਼ ਨਾ ਕਰੀਂ, ਕਿਉਂਕਿ ਇੱਥੇ ਪੰਜਾਬ ਇਹ ਗੁਰੂਆਂ ਦੀ ਧਰਤੀ ਹੈ ਅਤੇ ਇਸ ਧਰਤੀ 'ਤੇ ਆਣ ਕੇ ਕਦੀ ਵੀ ਗਾਇਕ ਗਾਣੇ ਗਲਤ ਨਾ ਬੋਲ ਪਾਈ ਕਦੇ। ਹੁਣ ਤੈਨੂੰ ਬਰਦਾਸ਼ਤ ਨਹੀਂ, ਕਿ ਕੋਟਾਂ ਵੀ ਤੈਨੂੰ ਹੁਣ ਪੂਰਾ ਸਿਕੰਜਾ ਕੱਸ ਰਹੀਆਂ ਅਤੇ ਸਿੱਖ ਜਥੇਬੰਦੀਆਂ ਵੀ ਤੇਰੇ ਵੱਲ ਧਿਆਨ ਦੇ ਰਿਹਾ ਇਹਨਾਂ ਨੇ। ਇਹ ਤੈਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ, ਨਾ ਤੈਨੂੰ ਗੰਦੇ ਗਾਣੇ ਅਤੇ ਨਾ ਤੈਨੂੰ ਜਿਹੜਾ ਤੂੰ ਬੱਚਿਆਂ ਨੌਜਵਾਨਾਂ ਦਾ ਭਵਿੱਖ ਖਰਾਬ ਕਰ ਰਿਹਾ ਇਹ ਵੀ ਨਹੀਂ। ਤੈਨੂੰ ਅਸੀਂ ਕਦੀ ਵੀ ਸਟੇਜਾਂ 'ਤੇ ਬੋਲਣ ਨਹੀਂ ਦੇਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਲੱਚਰ ਗਾਇਕਾਂ ਨੇ ਨੌਜਵਾਨੀ ਨੂੰ ਕਿਹੜੇ ਰਾਹੇ ਤੋਰਿਆ ਅਤੇ ਕਿੱਦਾਂ ਦੀ ਸੇਧ ਦਿੱਤੀ ਹੈ। ਅੱਜ ਕਿਸੇ ਨਾਲ ਕੋਈ ਮਾੜਾ ਮੋਟਾ ਵੀ ਕਿਸੇ ਨੌਜਵਾਨ ਦਾ ਬੋਲ ਬੁਲਾਰਾ ਹੁੰਦਾ ਹੈ ਅਤੇ ਉਹ ਇੱਕ ਭੀੜ ਨੂੰ ਇਕੱਠੀ ਕਰਦਾ ਹੈ, ਆਪਣੇ ਸੱਜਣਾ ਦੋਸਤਾਂ ਨੂੰ ਮਿੱਤਰ ਕਰਕੇ ਅਤੇ ਖੜ੍ਹੇ ਖਲੋਤੇ ਮੁੰਡੇ 'ਤੇ ਜਾ ਕੇ ਹਮਲਾ ਕਰਕੇ ਅਤੇ ਕਿਰਪਾਨਾਂ ਅਤੇ ਦਾਤਰਾਂ ਨਾਲ ਵੱਢ ਆਉਂਦੇ ਆ। ਔਰ ਜਿਹੜੀ ਮਾਂ ਨੇ ਪੋਟਾ ਪੋਟਾ ਕਰਕੇ ਪੁੱਤ ਪਾਲਿਆ ਹੁੰਦਾ ਉਹਨੂੰ ਪਤਾ ਹੈ ਕਿ ਪੁੱਤ ਦਾ ਦਰਦ ਕੀ ਹੈ। ਔਰ ਇਹਨਾਂ ਨੌਜਵਾਨਾਂ, ਇਹਨਾਂ ਗਾਉਣ ਵਾਲਿਆਂ ਨੇ, ਲੱਚਰ ਗਾਇਕਾਂ ਨੇ ਨੌਜਵਾਨਾਂ ਨੂੰ ਕਿਰਾਏ ਪਾਇਆ ਹੈ, ਸਟੇਜਾਂ 'ਤੇ ਖਲੋ ਕੇ ਉਹਨਾਂ ਨੂੰ ਲੱਚਰਤਾ ਵੱਲ ਨੂੰ ਧਕੇਲਦੇ ਆ। ਲੋਕਾਂ ਦੀਆਂ ਧੀਆਂ ਭੈਣਾਂ ਨੂੰ ਚੀਜੀ ਅਤੇ ਪੁਰਜਾ ਅਤੇ ਪਟੋਲਾ ਕਹਿ ਕੇ, ਜਿਸ ਇਸਤਰੀ ਨੂੰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਬਾਣੀ ਦੇ ਵਿੱਚ ਇਹਨਾਂ ਸਤਿਕਾਰ ਦਿੱਤਾ, ਸੋ ਕਿਉਂ ਮੰਦਾ ਆਖੀ ਹੈ ਜੇ ਤਾਂ ਜੰਮੈ ਰਾਜਾਨ। ਇਹਨਾਂ ਗੰਦੇ ਗਾਣੇ ਗਾਉਣ ਵਾਲੇ ਗਾਇਕਾਂ ਨੇ ਕਿਸੇ ਨੇ ਪਊਏ ਦੇ ਕੱਦ 'ਚ ਨਹੀਂ ਕਹਿ ਕੇ ਅਤੇ ਕਿਸੇ ਨੇ ਉਹਨੂੰ ਆਪਣੇ ਪੈਰਾਂ ਦੇ ਨਾਲ ਤੁਲਨਾ ਕਰਕੇ, ਸੋ ਗੁਰਮੁਖ ਪਿਆਰਿਓ ਇਸ ਇਸਤਰੀ ਨੂੰ ਸੰਬੋਧਨ ਕੀਤਾ ਇਹਨਾਂ ਕਲਾਕਾਰਾਂ ਨੇ। ਇਹਨਾਂ ਨੂੰ ਠੱਲ ਪਾਉਣ ਵਾਸਤੇ, ਇਹਨਾਂ ਨੂੰ ਨੱਥ ਪਾਉਣ ਵਾਸਤੇ ਸਾਨੂੰ ਅੱਗੇ ਆਉਣਾ ਪੈਣਾ ਸਾਰਿਆਂ ਨੂੰ। ਇਸ ਕਰਕੇ ਬੇਨਤੀ ਹੈ ਕਿ ਭਾਈ ਸਾਹਿਬ ਭਾਈ ਬਲਬੀਰ ਸਿੰਘ ਸਰਕਾਰ ਕਮੇਟੀ ਪੰਜਾਬ ਮੁੱਖ ਸੇਵਾਦਾਰ, ਜਿਨ੍ਹਾਂ ਨੂੰ
ਬੇਨਤੀ ਕੀਤੀ ਗਈ ਸੀ ਕਿ ਸਤਿਕਾਰ ਕਮੇਟੀ ਦਖਲ ਅੰਦਾਜ਼ੀ ਕਰਕੇ ਅਤੇ ਇਹਨਾਂ ਲੱਚਰ ਗਾਇਕਾਂ ਨੂੰ ਨੱਥ ਪਾਵੇ। ਸੋ ਸਤਿਗੁਰੂ ਨੇ ਕਿਰਪਾ ਕੀਤੀ ਆ ਕਿ ਸਾਡੇ ਕੋਲੋਂ ਸੇਵਾ ਲਈ ਇੱਥੇ SDM ਨੂੰ ਮੰਗ ਪੱਤਰ ਦੇ ਦਿੱਤਾ ਗਿਆ। ਪਿੰਡ ਉਦੋਂ ਕਹਿੰਦੀ ਜਿਹੜੀ ਸੰਗਤ ਆ ਨੰਗਲ ਦੀ ਉਹ ਸੱਦ ਰਹੀ ਆ, ਇਹ ਲੋਕ ਸੱਦ ਰਹੇ ਨੇ। ਸੋ ਅਸੀਂ ਬੇਨਤੀ ਕਰਾਂਗੇ ਸਾਰੇ ਸਮਾਜ ਨੂੰ ਕਿ ਆਪਾਂ ਆਪਣੇ ਸਮਾਜ ਨੂੰ ਗੰਧਲਾ ਹੋਣ ਤੋਂ ਬਚਾਈਏ ਅਤੇ ਇਹਨਾਂ ਲੱਚਰ ਕਲਾਕਾਰਾਂ ਨੂੰ ਆਪਣੇ ਨਗਰਾਂ ਦੇ ਵਿੱਚੋਂ ਭਜਾਈਏ, ਨਾ ਕਿ ਇਹਨਾਂ ਦੇ ਖਾੜੇ ਲਵਾਈਏ, ਕਿਉਂਕਿ ਇਹਨਾਂ ਨੇ ਕੀ ਨੌਜਵਾਨਾਂ ਨੂੰ ਸੇਧ ਦਿੱਤੀ ਆ ਸਾਨੂੰ ਸਾਰਿਆਂ ਨੂੰ ਪਤਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ, ਗਲਤੀਆਂ ਦੀ ਖਿਮਾ, ਆਓ ਸਾਰੇ ਰਲ ਮਿਲ ਕੇ ਇਹਨਾਂ ਦਾ ਵਿਰੋਧ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ੇ ਕੌਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਵਜੀਤ ਸਿੰਘ ਦੀ ਰਿਪੋਰਟ।